ਟਾਈਮਿੰਗ ਰੱਖੀ ਹੋਈ ਹੈ ਜੀ ਜਾਂ ਫਿਰ ਸਵੇਰੇ ਸ਼ਾਮ ਚੱਲਦੀ ਰਹਿੰਦੀ? ਨਹੀਂ, ਇਹ 24 ਘੰਟੇ ਇੱਥੇ ਚੱਲਦਾ ਰਹਿੰਦਾ। ਇੱਥੋਂ ਤੱਕ ਕਿ ਬਿਸਤਰਿਆਂ ਦਾ ਵੀ ਅਸੀਂ ਪ੍ਰਬੰਧ ਕੀਤਾ ਹੈ ਕਿ ਜੇ ਕਿਸੇ ਵੀਰ ਭਾਈ ਨੂੰ ਰਜਾਈ ਦੀ ਜਾਂ ਕਿਸੇ ਦੀ ਲੋੜ ਹੈ ਉਹ ਵੀ ਅਸੀਂ ਇੱਥੇ ਉਪਲਬਧ ਕਰਾਉਂਦੇ ਹਾਂ। ਇਹ ਸੇਵਾ ਲੰਗਰ ਦੀ ਸੇਵਾ ਤੇ ਮੈਡੀਕਲ ਦੀ ਸੇਵਾ ਚੱਲਦੀ ਰਹੀ। ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ, ਮੈਂ ਹਾਂ ਸੁਖ ਦਲੇ। ਸ਼ੰਭੂ ਬਾਰਡਰ ਤੋਂ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇੱਥੇ ਕਈ ਸਾਰੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਨੇ। ਉੱਥੇ ਇੱਕ ਤਸਵੀਰ ਹੋਰ ਹੈ, SGPC ਦੇ ਵੱਲੋਂ ਇੱਥੇ 2 ਲੰਗਰ ਚਲਾਏ ਜਾ ਰਹੇ ਨੇ। ਪਹਿਲਾ ਲੰਗਰ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੋਏਗਾ, ਪ੍ਰਸ਼ਾਦਾ ਚਲਾਇਆ ਜਾ ਰਿਹਾ। ਉੱਥੇ ਹੀ ਇਸ ਦੇ ਨਾਲ ਨਾਲ ਇੱਕ ਲੰਗਰ ਹੋਰ ਹੈ, ਉਹ ਲੰਗਰ ਹੈ ਜੀ ਦਵਾਈਆਂ ਦਾ। ਤੇ ਪਿੱਛੇ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਇੱਥੇ ਦਵਾਈਆਂ ਦੀ ਸੇਵਾ ਜਿਹੜੀ ਇੱਥੇ ਲਗਾਤਾਰ ਜਿਹੜੀ ਚਲਾਈ ਜਾ ਰਹੀ ਹੈ, ਦੱਸ ਦਈਏ ਕਿ ਫ੍ਰੀ ਸੇਵਾ ਇਹਨਾਂ ਵੀਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ। SGPC ਦੇ ਮੈਂਬਰ ਨੇ ਤੇ ਇੱਥੇ ਨਾਲ ਸਾਡੇ ਨਾਲ ਕਮੇਟੀ ਮੈਂਬਰ ਵੀ ਪਹੁੰਚੇ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ। ਬਾਬਾ ਜੀ, ਲੰਗਰ ਸੇਵਾ ਇੱਕ ਪਾਸੇ, ਦੂਜੇ ਪਾਸੇ ਮੈਡੀਕਲ ਸੇਵਾ, ਇਹ ਦੋਨੇ ਸੇਵਾ ਨੇ ਜਿਹੜੀਆਂ ਬੜੀਆਂ ਜ਼ਰੂਰੀ ਹੁੰਦੀਆਂ ਨੇ ਅਜਿਹੇ ਸੰਘਰਸ਼ਾਂ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਸਮੇਰ ਸਿੰਘ ਲਾਚੜੂ, ਅੰਤਰਿੰਗ ਕਮੇਟੀ ਮੈਂਬਰ, SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਵੱਲੋਂ ਜਿਸ ਦਿਨ ਦਾ ਜੀ ਇੱਥੇ ਕਿਸਾਨ ਵੀਰਾਂ ਦਾ ਮੋਰਚਾ ਲੱਗਾ ਹੈ, ਉਹ ਦੀ ਸੇਵਾ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਲੰਗਰ ਲਾਇਆ ਗਿਆ ਹੈ ਜਿਹੜਾ ਕਿ 24 ਘੰਟੇ ਚਾਲੂ ਹੈ। ਨਾਲ ਹੀ ਪ੍ਰਧਾਨ ਜੀ ਦੇ ਦੇਸ਼ਾਂ ਅਨੁਸਾਰ ਇੱਥੇ ਮੈਡੀਕਲ ਦਾ ਵੀ ਪ੍ਰਬੰਧ ਕੀਤਾ ਗਿਆ ਹੈ, ਜਿਸ ਵਿੱਚ ਹਰੇਕ ਕਿਸਮ ਦੀ ਦਵਾਈ ਹੈ। ਇੱਥੇ ਤੱਕ ਕਿ ਟਾਂਕੇ, ਜੇ ਕਿਸੇ ਵੀਰ ਨੂੰ ਸੱਟ ਲੱਗ ਜਾਵੇ ਟਾਂਕੇ ਲਾਉਣ ਦਾ ਵੀ ਪ੍ਰਬੰਧ ਹੈ। BP ਚੈੱਕ ਕਰਨ ਦੀ ਮਸ਼ੀਨਾਂ ਹਨ, ਸ਼ੂਗਰ ਚੈੱਕ ਕਰਨ ਦੀ ਮਸ਼ੀਨ ਹੈ। ਮੇਰਾ ਕਹਿਣ ਤੋਂ ਭਾਵ ਹੈ ਕਿ ਹਰੇਕ ਤਰ੍ਹਾਂ ਦੀ ਦਵਾਈ ਦੇਣ ਦਾ ਇੱਥੇ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਹੈ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ, ਜਦੋਂ ਪਿਛਲੇ ਸਮੇਂ ਵਿੱਚ ਕਿਸਾਨ ਮੋਰਚਾ ਦਿੱਲੀ ਵਿਖੇ ਲੱਗਿਆ, ਉਦੋਂ ਵੀ ਉੱਥੇ ਲੰਗਰ ਦਾ ਹੀ ਪ੍ਰਬੰਧ ਕੀਤੇ ਗਏ ਅਤੇ ਮੈਡੀਕਲ ਵੀ ਸਹੂਲਤ ਦਿੱਤੀ ਗਈ ਹੈ। ਕਿਉਂਕਿ ਇਹੋ ਜਿਹੇ ਸੰਘਰਸ਼, ਮੈਂ ਸਮਝਦਾ ਹਾਂ ਕਿ ਸਰਕਾਰ ਨੂੰ ਇਹਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ ਅਤੇ ਛੇਤੀ ਤੋਂ ਛੇਤੀ ਇਹ ਮੋਰਚਾ ਹੱਲ ਖਤਮ ਕਰਨਾ ਚਾਹੀਦਾ ਹੈ, ਕਿਉਂਕਿ ਲੰਮੇ ਸਮੇਂ ਤੋਂ ਕਿਸਾਨ ਵੀਰ ਸਰਦੀ ਦੇ ਮੌਸਮ ਵਿੱਚ ਆਪਣੇ ਛੋਟੇ ਛੋਟੇ ਬੱਚਿਆਂ ਨਾਲ, ਬੀਬੀਆਂ ਨਾਲ ਅਤੇ ਬਜ਼ੁਰਗਾਂ ਨਾਲ ਇੱਥੇ ਬੈਠੇ ਇਹ ਤਕਲੀਫ ਚੱਲ ਰਹੇ ਹਨ। ਬਾਬਾ ਜੀ, ਇੱਕ ਚੀਜ਼ ਜਾਣਨਾ ਚਾਹਾਂਗੇ, ਜੋ ਸੇਵਾ ਚੱਲ ਰਹੀ ਹੈ ਭਾਵੇਂ ਦਵਾਈਆਂ ਦੀ ਆ ਭਾਵੇਂ ਲੰਗਰ ਦੀ ਆ, ਕੋਈ ਟਾਈਮਿੰਗ ਰੱਖੀ ਹੋਈ ਹੈ ਜੀ ਜਾਂ ਫਿਰ ਸਵੇਰੇ ਸ਼ਾਮ ਚੱਲਦੀ ਰਹਿੰਦੀ ਆ? ਨਹੀਂ, ਇਹ 24 ਘੰਟੇ ਇੱਥੇ ਚੱਲਦਾ ਰਹਿੰਦਾ ਜੀ। ਇੱਥੋਂ ਤੱਕ ਕਿ ਬਿਸਤਰਿਆਂ ਦਾ ਵੀ ਅਸੀਂ ਪ੍ਰਬੰਧ ਕੀਤਾ ਹੈ ਕਿ ਜੇ ਕਿਸੇ ਵੀਰ ਭਾਈ ਨੂੰ ਰਜਾਈ ਦੀ ਜਾਂ ਕਿਸੇ ਦੀ ਲੋੜ ਹੈ ਉਹ ਵੀ ਅਸੀਂ ਇੱਥੇ ਉਪਲਬਧ ਕਰਾਉਂਦੇ ਹਾਂ। ਅਤੇ ਸੀਮਾ ਤਾਂ ਇਸ ਤਰ੍ਹਾਂ ਹੈ ਕਿ ਜਦੋਂ ਤੱਕ ਇਹ ਮੋਰਚਾ ਚੱਲੇਗਾ ਉਦੋਂ ਤੱਕ ਇਹ ਸੇਵਾ, ਲੰਗਰ ਦੀ ਸੇਵਾ ਤੇ ਮੈਡੀਕਲ ਦੀ ਸੇਵਾ ਚੱਲਦੀ ਰਹੇਗੀ। ਧੰਨਵਾਦ ਬਾਬਾ ਜੀ ਜਾਣਕਾਰੀ ਸਾਂਝੀ ਕਰਨ ਲਈ। ਤਾਂ ਇੱਥੇ ਵੀਰ ਹੁਣੀ ਦਵਾਈਆਂ ਦੇ ਰਹੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਵੀਰੇ, ਤੁਸੀਂ ਲਗਾਤਾਰ ਸੇਵਾ ਨਿਭਾ ਰਹੇ ਹੋ ਜੀ SGPC ਦੇ ਵੱਲੋਂ। ਸਤਿ ਸ਼੍ਰੀ ਅਕਾਲ ਜੀ। ਤਾਂ ਵੀਰੇ, ਇੱਕ ਚੀਜ਼ ਜਾਣਨਾ ਚਾਹੁੰਦੇ ਹਾਂ,
ਕਿਹੜੀ ਕਿਹੜੀ ਸਹਾਇਤਾ ਤੁਹਾਡੇ ਵੱਲੋਂ ਇੱਥੇ ਜਿਹੜੀ ਪ੍ਰੋਵਾਈਡ ਕਰਵਾਈ ਜਾ ਰਹੀ ਆ, ਕਿਸ ਤਰੀਕੇ ਦੀਆਂ ਦਵਾਈਆਂ ਤੁਸੀਂ ਜਿਹੜੀ ਸਹਾਇਤਾ ਕਰ ਰਹੇ ਹੋ? ਸਰ, ਰਨਿੰਗ ਦੇ ਵਿੱਚ ਸਾਰੀਆਂ ਮੈਡੀਸਨ A to Z, ਠੀਕ ਹੈ, ਇਹ ਆਪਣਾ ਕੋ ਔਰਥੋ ਦੇ ਡਾਕਟਰ ਨੇ, ਮੈਡੀਸਨ ਦੇ ਡਾਕਟਰ ਨੇ ਆਪਣੇ ਕੋ, ਠੀਕ ਹੈ, ਜਦੋਂ ਤੱਕ ਆਪਣੇ ਕੋ ਕੈਂਪ ਚੱਲਦਾ ਰਹੇਗਾ, ਠੀਕ ਹੈ, ਜਿਉਂ ਧਰਨਾ ਚੱਲਦਾ ਰਹੇਗਾ ਉਦੋਂ ਤੱਕ ਫ੍ਰੀ ਮੈਡੀਸਨ ਜਿਹੜੀ ਸੇਵਾ ਲਗਾਤਾਰ ਚੱਲਦੀ ਰਹੇਗੀ, ਦਿਨ ਰਾਤ ਲਗਾਤਾਰ। ਜਿਸ ਤਰੀਕੇ ਅਸੀਂ ਦੇਖ ਰਹੇ ਹਾਂ ਕਿ ਦਿਨ ਰਾਤ ਤੁਸੀਂ ਸੇਵਾ ਕਰ ਰਹੇ ਹੋ, ਬਾਬਾ ਜੀ ਨੇ ਵੀ ਦੱਸਿਆ ਪਹਿਲਾਂ, ਤਾਂ ਵੀਰੇ ਫਿਰ ਡਿਊਟੀਆਂ ਚੇਂਜ ਕਰ ਰਹੇ ਹੋ ਜਾਂ ਲਗਾਤਾਰ ਖੁਦ ਹੀ ਸੇਵਾ ਨਿਭਾ ਰਹੇ ਹੋ? ਸਰ, 3 ਤੋਂ 4 ਦਿਨ ਬਾਅਦ ਸਾਡਾ ਸਟਾਫ ਚੇਂਜ ਹੋ ਜਾਂਦਾ ਆ। ਹਾਂ, ਤੇ ਜਿਹੜੀ ਰਨਿੰਗ ਮੈਡੀਸਨ ਜਿਵੇਂ ਸਾਡੇ ਕੋਲ ਖਤਮ ਹੁੰਦੇ ਨੇੜੇ ਆ ਰਹੀ ਹੈ, ਹੋਰ ਮੰਗਵਾ ਲੈਣੇ ਲਗਾਤਾਰ ਨਾਲ ਸਟਾਰਟ ਹੈ। ਵੀਰੇ, ਜੇਕਰ ਟਾਈਮਿੰਗ ਦੀ ਗੱਲ ਕਰਾਂ, 3 ਤੋਂ 4 ਦਿਨ ਤੁਸੀਂ ਕਿਹਾ, 3 ਤੋਂ 4 ਦਿਨ ਲਗਾਉਣੇ ਬਹੁਤ ਔਖੇ ਹੁੰਦੇ ਆ। ਅਸੀਂ ਵੀ ਲਗਾਤਾਰ ਫੀਲਡ ਦੇ ਵਿੱਚ, ਸਾਨੂੰ ਵੀ ਉਸ ਚੀਜ਼ ਦਾ ਅਹਿਸਾਸ ਹੈ ਕਿ ਲਗਾਤਾਰ ਕੰਮ ਕਰਨਾ ਕਿੰਨਾ ਔਖਾ ਹੁੰਦਾ ਵਾ। ਤਾਂ ਫਿਰ ਮੈਨੇਜ ਕਿਵੇਂ ਕਰ ਰਹੇ ਹੋ? ਔਖਾ ਨਹੀਂ ਲੱਗ ਰਿਹਾ? ਨਹੀਂ ਸਰ, ਕੋਈ ਔਖਾ ਨਹੀਂ ਹੈ। ਜੋ ਸੇਵਾ ਹੈ, ਸਗੋਂ ਸ਼ੁਕਰ ਕਰਦੇ ਕਿ ਸਾਨੂੰ ਮੌਕਾ ਮਿਲਿਆ ਆ, ਠੀਕ ਹੈ, ਲੋਕ ਇੰਨੀ ਦੂਰੋਂ ਚੱਲ ਕੇ ਆ ਰਹੇ ਨੇ, ਠੀਕ ਹੈ, ਅਸੀਂ ਤਾਂ ਸ਼ੁਕਰ ਕਰਦੇ ਕਿ ਸਾਨੂੰ ਇਸ ਚੀਜ਼ ਦਾ ਮੌਕਾ ਮਿਲਿਆ ਆ ਸੇਵਾ ਕਰਨ ਦਾ। ਬਿਲਕੁਲ ਵੀਰੇ, ਧੰਨਵਾਦ ਜੀ ਜਾਣਕਾਰੀ ਸਾਂਝੀ ਕਰਨ ਲਈ, ਤੇ ਉਮੀਦ ਕਰਦੇ ਹਾਂ ਇਸੇ ਤਰੀਕੇ ਸੇਵਾ ਤੁਸੀਂ ਕਰਦੇ ਰਹੋਗੇ। ਤਾਂ SGPC ਦੇ ਜੋ ਮੈਂਬਰ ਨੇ ਇੱਥੇ ਲਗਾਤਾਰ ਸੇਵਾ ਨਿਭਾ ਰਹੇ ਨੇ, ਇੱਕ ਸਾਈਡ ਦੇ ਉੱਪਰ ਲੰਗਰ ਦੀ ਸੇਵਾ ਤੇ ਦੂਜੇ ਪਾਸੇ ਦਵਾਈਆਂ ਦੀ ਸੇਵਾ। ਤਾਂ ਸ਼ੰਭੂ ਬਾਰਡਰ ਦੀ ਇਹ ਤਸਵੀਰ ਆ, ਬੜੀ ਵੱਖਰੀ ਜਿਹੀ ਤਸਵੀਰ ਆ, ਪਿੱਛੇ ਬਜ਼ੁਰਗ ਅਸੀਂ ਤੁਹਾਨੂੰ ਦਿਖਾਏ ਨੇ ਦਵਾਈਆਂ ਲੈ ਰਹੇ ਨੇ। ਤਾਂ ਦੱਸ ਦਈਏ ਕਿ ਬਿਲਕੁਲ ਫ੍ਰੀ ਸੇਵਾ ਜਿਹੜੀ ਇਹ ਨਿਭਾਈ ਜਾ ਰਹੀ ਹੈ। ਇੱਕ ਅਹਿਮ ਗੱਲ ਹੈ ਕਿ ਦਿਨ ਭਰ ਰਾਤ ਇਹ ਸੇਵਾ ਚੱਲ ਰਹੀ ਹੈ, ਤੇ ਬਾਈ ਹੁੰਦਾ ਨੇ ਕਿਹਾ ਕਿ ਜਦੋਂ ਤੱਕ ਇਹ ਸੰਘਰਸ਼ ਚੱਲੇਗਾ, ਜਦੋਂ ਤੱਕ ਕਿਸਾਨ ਇੱਥੇ ਰਹਿਣਗੇ, ਇਹ ਵੀ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿਣਗੇ। ਤਾਂ ਇਹ ਵੀ ਬੜੀ ਅਹਿਮ ਗੱਲ ਹੈ ਕਿ ਇਸ ਤਰੀਕੇ ਡਿਊਟੀ ਨਿਭਾਉਣਾ ਵੀ ਇੱਕ ਬੜੀ ਵੱਡੀ ਗੱਲ ਹੋ ਜਾਂਦਾ ਕਿ ਲਗਾਤਾਰ 3 ਤੋਂ 4 ਦਿਨ ਦਿਨ ਤੇ ਰਾਤ ਕੰਮ ਕਰਨਾ ਬਹੁਤ ਔਖਾ ਕੰਮ ਹੁੰਦਾ ਵਾ। ਤਾਂ ਉਮੀਦ ਕਰਦੇ ਹਾਂ ਜੋ ਸੇਵਾ ਵੀਰ ਹੁਣੀ ਨਿਭਾ ਰਹੇ ਨੇ, ਇਸੇ ਤਰੀਕੇ ਸੇਵਾ ਅੱਗੇ ਇਹਨਾਂ ਦੀ ਚੱਲਦੀ ਰਹੇਗੀ। ਪਰ ਇੱਕ ਇਹ ਵੀ ਉਮੀਦ ਕਰਾਂਗੇ ਕਿ ਕਿਸਾਨਾਂ ਨੂੰ ਇੱਥੇ ਜ਼ਿਆਦਾ ਦੇਰ ਨਾ ਬੈਠਣਾ ਪਏ, ਕਿਸਾਨ ਆਪਣੇ ਘਰਾਂ ਨੂੰ ਜਲਦ ਤੋਂ ਜਲਦ ਵਾਪਸ ਪਰਤ ਜਾਣ। 2 ਦਿਨ ਦਾ ਸਮਾਂ ਜੋ ਰਾਤ ਵਾਲੀ ਮੀਟਿੰਗ ਤੋਂ ਬਾਅਦ ਮੰਗਿਆ ਗਿਆ, ਉਮੀਦ ਕਰਦੇ ਹਾਂ ਕਿ 2 ਦਿਨ ਦਾ ਹੀ ਰਹੇ ਤੇ ਉਸ ਤੋਂ ਬਾਅਦ ਕਿਸਾਨ ਖੁਸ਼ੀ ਖੁਸ਼ੀ ਆਪਣੇ ਘਰਾਂ ਨੂੰ ਵਾਪਸ ਪਰਤ ਜਾਣ। ਤੇ ਤੁਸੀਂ ਵੀ ਇਹੀ ਉਮੀਦ ਕਰਿਓ ਕਿ ਜਲਦ ਤੋਂ ਜਲਦ ਕਿਸਾਨ ਆਪਣੇ ਪਰਿਵਾਰਾਂ ਦੇ ਵਿੱਚ, ਆਪਣੇ ਖੇਤਾਂ ਦੇ ਵਿੱਚ ਵਾਪਸ ਚਲੇ ਜਾਣ। ਸਹਿਯੋਗੀ ਸਾਥੀ ਕਰਨ ਦੇ ਨਾਲ ਸੁੱਖ ਦਿਲੇ।